ਕਿ ਮੈਂ ਤੁਹਾਡਾ ਭਰਾ ਰੋਬਰਟ ਸੀ, ਮਜ਼ਦੂਰ ਯੂਨੀਅਨ ਦਾ ਪ੍ਰਧਾਨ ਹਾਂ। ਸਾਡੇ ਸਾਰੇ ਸਾਥੀ ਪਹੁੰਚੇ ਆ ਸਾਡੇ ਦਫ਼ਤਰ ਦੇ ਵਿੱਚ, ਅਤੇ ਤਕਰੀਬਨ ਅਸੀਂ ਦੇਖਿਆ ਕਿ ਵੋਟਾਂ ਦੇ ਵਿੱਚ ਸਾਰੇ ਲੋਕ ਤਾਂ ਵੋਟਾਂ ਮੰਗ ਰਹੇ ਨੇ, ਸਾਰੀਆਂ ਪਾਰਟੀਆਂ ਮੰਗ ਰਹੀਆਂ ਨੇ ਮਜ਼ਦੂਰਾਂ ਦੇ ਕੋਲੋਂ। ਪਰ ਅੱਜ ਤੱਕ ਸਾਡੀ ਨਾ ਕਿਸੇ ਨੇ ਬਾਤ ਪੁੱਛੀ ਆ, ਨਾ ਸਾਨੂੰ ਕਿਸੇ ਨੇ ਸਾਡੀਆਂ ਸਹੂਲਤਾਂ ਥੱਲੇ ਤਾਂ ਕਾਢ ਕੇ ਦਿੱਤੀਆਂ। ਸੋ ਤੁਹਾਨੂੰ ਥੋੜ੍ਹੇ ਦਿਨਾਂ ਦੀਆਂ ਦੁਰਘਟਨਾਵਾਂ ਦੱਸ ਰਹੇ, ਜਿਹੜੇ ਸਾਡੇ ਭਰਾ ਦੱਸ ਰਹੇ ਨੇ ਕਿ ਕਿੰਨੇ ਕਿੰਨੇ ਬਿੱਲ ਜਿਹੜੇ ਨੇ, ਕਿਸੇ ਨੂੰ 20,000, ਕਿਸੇ ਨੂੰ 25,000, ਕਿਸੇ ਨੂੰ 30,000 ਰੁਪਇਆ ਬਿੱਲ ਆ ਗਿਆ। ਸੋ ਵੀਰੋ, ਇੰਨਾ ਬਿੱਲ ਨਾ ਵਿਚਾਰੇ ਕਿਸੇ ਨੇ ਚੱਕੀ ਲਾਈ ਆ, ਨਾ ਕਿਸੇ ਨੇ ਕੋਈ 5 ਦੀ ਜਾਂ 10 ਦੀ ਮੋਟਰ ਲਾਈ ਆ, ਪਰ ਫਿਰ ਵੀ ਅਜੇ ਤੱਕ ਇੰਨਾ ਬਿੱਲ ਆਇਆ। ਅਤੇ ਸਰਕਾਰਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਇੰਨਾ ਬਿੱਲ ਜਿਹੜਾ ਗਰੀਬ ਬੰਦਾ ਉਹ ਕਿੱਥੋਂ ਭਰ ਸਕਦਾ ਹੈ, ਅਤੇ ਇੰਨਾ ਮਾੜਾ ਹਾਲ ਆ ਨਰੇਗਾ ਦੇ ਜਿਹੜਾ ਕੰਮ ਆ ਉਹਦੇ ਵਿੱਚ ਵੀ ਤਕਰੀਬਨ ਪੰਚਾਇਤਾਂ ਜਿਹੜੀਆਂ ਨੇ ਉਹ ਸਾਰਾ ਮਾਲ ਰਗੜ ਜਾਂਦੀਆਂ ਨੇ, ਕਿਸੇ ਗਰੀਬ ਤੱਕ ਨਹੀਂ ਪਹੁੰਚਦਾ। ਸੜਕਾਂ ਦਾ ਵੀ ਉਹ ਹਾਲ